ਓਏ ਇੰਡੀ ਪਿੰਡੀ ਪਾਠੜੇ, ਕੀ ਹਾਲ ਚਾਲ? ਫਿਰ ਕਹਿੰਦੇ ਬੜੀਆਂ ਦਵਾਈਆਂ ਪਾ ਰਿਹਾ, ਚੀਕਾਂ ਕੜਾਤੀਆਂ ਫਿਰ ਰਹੀਆਂ। ਕਹਿੰਦੇ ਐਵੇਂ ਫੇਕ ਫੂਕ ਜੀ ਵੀਡੀਓ ਚੱਕ ਲੈਣਾ ਕਿਸੇ ਮਾਡਲਾਂ ਦੀਆਂ, ਉਹ ਵਿਆਹ ਵਾਲਾ ਮਾਡਲ ਨੇ ਪਾਈ ਹੋਈ ਡਰੈਸ ਕਿਸੇ ਬੰਦੇ ਨਾਲ, ਉਹ ਮਾਡਲ ਬੈੱਡ ਤੇ, ਤੇ ਕਹਿੰਦਾ ਦੇਖੋ ਨੈਨਸੀ। ਸਾਡੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਅਸੀਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ। ਜਿਹੜਾ ਵੀਡੀਓ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋ, ਇਹ ਸਾਨੂੰ ਸੋਸ਼ਲ ਮੀਡੀਆ ਤੋਂ ਮਿਲਿਆ ਹੈ। ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਇਸ ਦੇ ਪਿੱਛੇ ਕੀ ਕਾਰਨ ਹਨ। ਤੁਸੀਂ ਆਪ ਜੀ ਦੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨੇ ਨੇ। ਵੀਡੀਓ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ, ਲਾਈਕ ਕਰਨਾ, ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਗੇ ਤੋਂ ਇਹੋ ਜਿਹੇ ਵੀਡੀਓ ਵੇਖਣ ਵਾਸਤੇ। ਚਲੋ ਵੇਖਦੇ ਹਾਂ ਪੂਰਾ ਵੀਡੀਓ। ਕਿਸੇ ਬੰਦੇ ਨਾਲ ਉਹ ਮਾਡਲ ਬੈੱਡ ਤੇ ਕਹਿੰਦਾ ਦੇਖੋ ਨੈਨਸੀ। ਨੈਨਸੀ ਦੀ ਸ਼ਕਲ ਲੋਕ ਪਛਾਣਦੇ ਆ। ਓਕੇ, ਇਹ ਡੁਪਲੀਕੇਟ ਜੀ ਵੀਡੀਓ ਪਾ ਕੇ ਨਾ ਆਪਦੀ ਭੈਣ ਨੂੰ ਤੇ ਮਾਂ ਨੂੰ ਡਰਾਈ, ਮੈਨੂੰ ਨਾ ਡਰਾਈ। ਦੂਜੀ ਗੱਲ, ਕਹਿੰਦੇ ਬੜਾ ਡਰੈਸ ਡਰੁਸ ਮੰਗਦਾ ਫਿਰਦਾ ਲੋਕਾਂ ਕੋਲੋਂ। ਨੈਨਸੀ ਦਾ ਡਰੈਸ ਦੋ ਮੈਨੂੰ, ਮੈਂ ਜਾ ਕੇ ਆਉਂਦਾ, ਮੈਂ ਦੱਸਦਾ ਸਿੰਘਾਂ ਨੂੰ ਦਿੰਦਾ ਮੈਂ। ਪਰ ਸੰਘ ਪਾਉਣ, ਸਿੰਘਾਂ ਨੇ ਤਾਂ ਤੇਰੀ ਕਹਿੰਦੇ ਬੜੀ ਛਿੱਤਰ ਪਰੇਡ ਕੀਤੀ ਸੀ ਪਿੱਛੇ ਜੇ ਖਾਲਿਸਤਾਨ ਵਾਲੇ ਨੇ, ਇਹ ਵੀ ਤਾਂ ਸੱਚ ਹੈ ਨਾ। ਨੈਨਸੀ ਕੈਨੇਡਾ ਚ ਰਹਿੰਦੀ ਆ, ਕੜਾ ਲਾ ਡਰੈਸ, ਆ ਜਾ ਮੇਰੇ ਦਰਾਂ ਦੇ ਮੂਹਰੇ। ਤੈਨੂੰ ਵੀ ਪਤਾ ਇੱਥੋਂ ਦੇ ਗੌਰਮੈਂਟ ਦਾ, ਇੱਕ ਔਰਤ ਨਾਲ ਪੰਗਾ ਲੈਣ ਚ ਚਾਰਜ ਕੀ ਲੱਗਦਾ। ਤੈਨੂੰ ਪਤਾ ਹੈ ਇੱਕ ਔਰਤ ਨੂੰ ਛੇੜਨ ਦਾ ਚਾਰਜ, ਔਰਤ ਨਾਲ ਬਦਸਲੂਕੀ ਦਾ ਚਾਰਜ, ਇਹ ਤਾਂ ਸਾਰਿਆਂ ਨੂੰ ਪਤਾ। ਇੱਥੇ ਔਰਤਾਂ ਨਾਲ ਛੇਤੀ ਕੋਈ ਪੰਗਾ ਲੈਂਦਾ ਨਹੀਂ ਹੈ। ਸੋ ਤੈਨੂੰ ਸ਼ੌਂਕ ਜਾ ਗਿਆ ਲੇਡੀਜ਼ ਨਾਲ ਪੰਗਾ ਲੈਣ ਦਾ, ਫਿਰ ਤੂੰ ਕਹਿੰਦਾ ਮੇਰੇ ਤੇ ਪਰਚੇ ਕਰ ਦੋ, ਐਂ ਕਰ ਦੋ। ਫਿਕਰ ਨਾ ਕਰ, ਫਿਕਰ ਨਾ ਕਰ, ਤੇਰਾ ਡਰੈਸ ਮੈਂ ਲੱਭ ਰਹੀ ਹਾਂ। ਤੂੰ ਪਰਚਿਆਂ ਦਾ ਚੈਲੰਜ ਕੀਤਾ ਨਾ, ਤੈਨੂੰ ਹਰੈਸਟ, ਮੈਂ ਹਰੈਸਮੈਂਟ ਦੇ ਕੇਸ ਚ ਫਸਾਉਂਗੀ ਹੁਣ, ਕਿਉਂਕਿ ਤੂੰ ਹਰੈਸ, ਦਿਸ ਕਾਲ ਟੂ ਹਰੈਸ, ਖੁੱਲ੍ਹੇਆਮ ਕਿਸੇ ਕੁੜੀ ਦਾ ਡਰੈਸ ਮੰਗ ਕੇ ਕਹਿਣਾ ਸਿੰਘਾਂ ਨੂੰ ਦਊਂਗਾ, ਮੈਂ ਆਪ ਜਾਊਂਗਾ ਉੱਥੇ, ਮੈਂ ਆਏ ਕਰੂੰਗਾ, ਇਹ ਹਰੈਸ ਹੈ ਕਿ ਤੂੰ ਟਰਾਈ ਕਰ ਰਿਹਾ ਨੈਨਸੀ ਦਾ ਮਰਡਰ ਕਰਾਉਣ ਦੀ। ਓਕੇ, ਅਟੈਂਪਟ ਟੂ ਮਰਡਰ। ਤੇ ਜੇ ਤੂੰ ਇੰਨਾ ਦੁੱਧ ਆ ਤੁਲਿਆ, ਛੱਡ, ਮੈਂ ਤਾਂ ਡਰ ਗਈ ਤੇਰੇ ਕੋਲੋਂ, ਠੀਕ ਹੈ? ਤੂੰ ਆਪਣਾ ਐਡਰੈਸ ਦੇ, ਜਿਵੇਂ ਚੀਕਾਂ ਮਾਰ ਮਾਰ ਕੇ ਆਪਣਾ ਨੰਬਰ ਦਿੰਦਾ ਨਾ, ਮੈਂ ਕਰਕੇ, ਹੁਣ ਤੂੰ ਆਪਣਾ ਬੋਲ ਬੋਲ ਕੇ, ਕੁੱਤੇ ਵਾਂਗੂ ਭੌਂਕ ਭੌਂਕ ਕੇ ਆਪਣਾ ਐਡਰੈਸ ਦੱਸ ਕਿ ਕਿਹਦੇ ਘਰ ਦੇ ਟੁੱਟੇ ਮੁਸ਼ਕੀ ਬੇਸਮੈਂਟ 'ਚ ਤੂੰ ਰਹਿੰਦਾ, ਤੇ ਟੁੱਟੀ ਮੁਸ਼ਕੀ ਬਦਬੂਦਾਰ ਪੀਲੀ ਜੀ ਕਸਲੀ ਬਨੈਨ ਪਾ ਕੇ ਤੂੰ ਟਿਕਟੋਕ 'ਤੇ ਆ ਜਾਂਦਾ। ਪਤਾ ਨਹੀਂ ਕੋਲਗੇਟ ਵੀ ਕਰਦਾ ਹੋਏਗਾ ਕਿ ਨਹੀਂ, ਇੰਨਾ ਗੰਦਾ ਵਾਹੀਅਤ ਬੰਦਾ ਤੂੰ, ਤੇਰੀ ਸ਼ਕਲ ਗੁਰੂ ਮਹਾਰਾਜ ਨੇ ਇੰਨੀ ਗੰਦੀ ਬਖਸ਼ੀ ਆ, ਮੈਂ ਸੋਚਿਆ ਸ਼ਾਇਦ ਅਕਲ ਤਾਂ ਹੋਣੀ ਆ, ਪਰ ਤੈਨੂੰ ਤਾਂ ਉਹ ਵੀ ਹੈ ਨਹੀਂ ਆ। ਸੋ ਇੰਡੀਪੈਂਡੀ, ਤੂੰ ਪਾਠ ਗਰੀਕ ਛੱਡ ਦੇ, ਕੰਨਾਂ ਚੋਂ ਮੈਲ ਕੱਢ ਨਹੀਂ ਛੱਡਦੇ ਲੋਕਾਂ ਦੇ, ਜਿਹੜੇ ਤੈਨੂੰ ਭੁੱਸ ਪੈ ਗਿਆ ਨਾ ਜਣੇ ਕੜੇ ਦਾ, ਜੀ ਮੈਥੋਂ ਤਵਾ ਲਵਾ ਲਓ, ਮੈਨੂੰ ਪੈਸੇ ਦਿਓ, ਕਿਸੇ ਦਾ ਮਗਰ ਪਾ ਲਓ, ਨਾ 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 ਨਾ, ਇੱਧਰ ਵੀ ਨੈਨਸੀ ਗਰੇਵਾਲਾ, ਅਸੀਂ ਬਾਂਹ ਤੁਹਾਨੂੰ ਵੀ ਨਾ ਤੇਰੇ ਯਾਦ ਰੱਖੇਗਾ ਜ਼ਿੰਦਗੀ ਵਿੱਚ, ਕੋਈ ਜਨਾਨੀ ਮਿਲੀ ਸੀ ਸੁਨੀਤਾ ਡਾਂਸਰ ਕੇ, ਸੁਨੀਤਾ ਗਨੋਤਰੀ ਬਣਾ, ਸੁਨੀਤਾ ਰਾਣੀ ਬਣਾ, ਚਿਣੀਆਂ ਫੋਟੋਆਂ ਚੱਕ ਕੇ ਫੇਸਬੁੱਕ ਤੇ ਮੇਰੀਆਂ ਸਰਿਆਂ ਪਾਈਆਂ, ਚੱਕ ਕੇ ਤੂੰ ਸਪਰੈਡ ਕਰ ਲੋਕਾਂ ਚ, ਆਈ ਡੋਂਟ ਕੇਅਰ, ਪਰ ਤੁਝੇ ਮੈਂ ਠੀਕ ਕਰੂੰਗੀ। ਜੋ ਤੂੰ ਗੰਦ ਡਾਲਤਾ ਨਾ, ਹੁਣ ਕਹਿੰਦੇ ਆਪਦੇ ਦੇ ਦੀ ਵਾਰੀ ਆਈ, ਤੂੰ ਲੋਕਾਂ ਨੂੰ ਡੈਫੀਨੇਸ਼ਨ ਦੱਸ ਰਿਹਾ ਜਸਵਾਲ ਕੌਣ ਹੁੰਦੇ ਆ, ਕਿਹੜੇ ਵਿਰੋਧ ਵਿੱਚ, ਲਾਭ ਜੰਜੂਆ ਜੀ ਮੇਰੇ ਖਾਨ, ਲਾਭ ਜੰਜੂਆ ਦੀ ਜਾਤ
ਬਰਾਦਰੀ ਕੀ ਸੀ? ਮੈਂ ਕਿਸੇ ਦੀ ਵੀ ਜਾਤ ਨੂੰ ਕਦੀ ਟਾਰਗੇਟ ਨਹੀਂ ਕੀਤਾ, ਨਾ ਕਿਸੇ ਦੇ ਰਿਲੀਜਨ ਨੂੰ ਟਾਰਗੇਟ ਕੀਤਾ। ਪਰ ਹੁਣ ਜੇ ਤੂੰ ਇਸ ਗੱਲ ਤੇ ਆ ਗਿਆ ਤਾਂ ਲਾਭ ਜੰਜੋ ਕਿਹੜੀ ਜਾਤ ਬਰਾਦਰੀ ਤੁਸੀ, ਐਵਰੀਵਨ ਨੋ ਦੈਟ। ਹੁਣ ਜੇ ਮੈਂ ਰਾਜਪੂਤ, ਤੂੰ ਰਾਜਪੂਤ ਹੈ ਹੀ ਨੀ, ਕਿਹਨੇ ਕਿਹਾ ਤੂੰ ਰਾਜਪੂਤ ਹੈ? ਭਾਟੜਾ, ਤੇਰਾ ਟੱਬਰ ਭਾਟੜਿਆਂ ਦਾ, ਐਵਰੀਵਨ ਨੋਜ਼ ਦੈਟ। ਕੰਨਾਂ ਚ ਮੈਲ ਕੱਢਣ ਵਾਲਾ ਭਾਟੜਾ ਹੈ। ਵੈਸੇ ਤੇਰੇ ਨਾਲੋਂ ਨਾ ਮੈਂ ਸਾਰੇ ਭਾਟੜਿਆਂ ਨੂੰ ਟਾਰਗੇਟ ਨਹੀਂ ਕਰ ਰਹੀ, ਕੋਈ ਗੁੱਸਾ ਨਾ ਕਰਿਓ ਪਲੀਜ਼ ਮੇਰੀ ਗੱਲ ਦਾ। ਇਸ ਬੰਦੇ ਨੇ ਮੇਰਾ ਪੰਗਾ ਲਿੱਤਾ ਕਿਉਂਕਿ ਮੈਂ ਸਾਰੇ ਜਾਤਰਾਂ ਦੀ ਇਕੁਅਲ ਰਿਸਪੈਕਟ ਕਰਦੀ ਹਾਂ, ਇਕੁਅਲ ਆ ਮੇਰੇ ਵਾਸਤੇ ਸਾਰੇ। ਸੋ ਇਹ ਬੰਦੇ ਨੇ ਪੰਗਾ ਲਿੱਤਾ, ਨੰਗਾ ਤੈਨੂੰ ਤੁਹਾਨੂੰ ਕਰਨਾ ਪੈਣਾ। ਸੋ ਤੇਰੇ ਨਾਲ ਉਹ ਭਾਟੜੇ ਬਹੁਤ ਚੰਗੇ ਆ ਜਿਹੜੇ ਆਪਣੇ ਸੜਕ ਤੇ ਸਟਾਲ ਲਾ ਕੇ ਜਾਂ ਆਪਣੀ ਦਿਹਾੜੀ ਮਜ਼ਦੂਰੀ ਕਰਕੇ ਲੋਕਾਂ ਦੇ ਕੰਨਾਂ ਚੋਂ ਮੈਲ ਕੱਢ ਕੇ ਲੋਕਾਂ ਦੇ ਘਰਾਂ ਚ ਕੰਮ ਕਰਕੇ ਦੋ ਵਕਤ ਦੀ ਇੱਜ਼ਤ ਨਾਲ ਰੋਟੀ ਖਾ ਕੇ ਸੋ ਜਾਂਦੇ ਆ। ਤੂੰ ਕਿਹੜੀ ਨਸਲ ਦਾ, ਤੇਰੀ ਮਾਂ ਨੇ ਕਿਹੜੀ ਨਸਲ ਦਾ ਬੀ ਪਵਾਇਆ ਸੀ ਬੇਟਾ? ਗੰਦਾ ਕੁੱਤਾ ਬੰਦਾ। ਮਾਂ ਤਾਂ ਬਖਸ਼ੀ ਹੋਣੀ ਨਾ ਤੂੰ ਆਪਣੀ, ਤੇ ਮਾਂ ਦਾ ਵੀ ਕੰਮ ਕਰਦਾ। ਸ਼ਰਮ ਆਣੀ ਚਾਹੀਦੀ ਤੈਨੂੰ, ਤੇਰੀ ਮਾਂ ਵੀ ਡਰਦੀ ਹੈ ਤੇਰੇ ਕੋਲੋਂ ਵੀ ਕਿਤੇ ਮੇਰੀ ਬੋਲੀ ਨਾ ਲਾ ਜੇ। ਤੇਰਾ ਟੱਬਰ ਵੀ ਤੇਰੇ ਕੋਲੋਂ ਦੂਰ ਹੋ ਕੇ ਬੈਠਾ ਵੀ ਇਹ ਖੱਚ ਵਾਹੀਅਤ ਬੰਦਾ। ਸੋ ਇੰਡੀਪਿੰਡੀ, ਉਹ ਇੰਡੀਪਿੰਡੀ ਕਹਿੰਦੇ ਭਿੰਡੀ ਵੀ ਤੇਰੀ ਭਿੰਡੀਆਂ ਵਰਗੀਆਂ ਲੱਤਾਂ। ਮੈਂ ਸੁਣਿਆ ਵੀ ਜਦੋਂ ਤੈਨੂੰ ਹਾਰਟ ਅਟੈਕ ਆਇਆ ਸੀ, ਹਾਰਟ ਦਾ ਅਟੈਕ ਆ ਗਿਆ ਸੀ ਕਹਿੰਦੇ ਇਹਨੂੰ ਪੂਰਾ, ਕਹਿੰਦੇ ਐ ਚੀਰ ਕੇ ਫਿਰ ਉਹਨਾਂ ਦਾ ਇਹਦਾ ਜਗਾਰ ਜੂੜ ਗੋਰਿਆਂ ਨੇ ਸੈੱਟ ਕੀਤਾ। ਹੁਣ ਸੋਚ ਕਿੰਨਾ ਭੌਂਕਦਾ, ਲੋਕਾਂ ਦੀਆਂ ਗਲਤ ਸਟੋਰੀਆਂ ਬਣਾਉਣਾ, ਲੋਕਾਂ ਬਾਰੇ ਗਲਤ ਬੋਲਦਾ। ਮਹਾਰਾਜ ਨੇ ਤੈਨੂੰ ਕਿੱਡੀ ਵੱਡੀ ਸਜ਼ਾ ਬਖਸ਼ੀ, ਤੈਨੂੰ ਫਿਰ ਵੀ ਅਕਲ ਨਹੀਂ ਆਈ। ਤੇ ਕਹਿੰਦੇ ਹਾਰਟ ਅਟੈਕ ਆਉਣ ਤੋਂ ਬਾਅਦ ਤੇਰੀ ਲੱਤਾਂ ਤੇਲੇ ਵਰਗੀਆਂ ਹੋ ਗਈਆਂ। ਹਾਏ 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 ਹਾਏ, ਜਿਮ ਜਿਮ ਜਾਇਆ ਕਰ, ਲੱਤਾਂ ਦੇ ਐਕਸਰਸਾਈਜ਼ ਲਾ, ਥੋੜੇ ਦਿਨ ਨੂੰ ਕਿਤੇ ਖਬਰ ਨਾ ਆਵੇ ਕਿ ਲੱਤਾਂ ਤੇਰੇ ਤੋਂ ਖੜਿਆ ਹੀ ਨਹੀਂ ਹੋਇਆ ਜਾਂਦਾ। ਤੇਰੀਆਂ ਹੀ ਲੱਤਾਂ, ਤੇਰੇ ਹੀ ਗੋਡੇ, ਤੇਰੇ ਹੀ ਐਂਕਲ, ਤੇਰੇ ਜਿਸਮ ਦਾ ਭਾਰ ਨਹੀਂ ਝੱਲਣਗੇ, ਏਦਾਂ ਨਾ ਹੋ ਜਾਏ ਕਿਤੇ। ਸੋ ਕੁੱਤੇ ਕੋ ਜਿਹੜਾ ਭੌਂਕ ਰਿਹਾ ਨੂੰ ਤਾਂ ਵਾਹ ਵਾਹ ਕਰਨ ਲੱਗਿਆ ਹੋਇਆ, ਨਾ ਕਰ ਨਾ ਕਰ। ਤੈਨੂੰ ਨਾ, ਤੂੰ ਕਹਿੰਦਾ ਵੀ ਤੈਨੂੰ ਕੋਈ ਮਰਦ ਨੇ ਟੱਕਿਆ, ਮੈਂ ਮਰਦਾਂ ਵਰਗੀ ਜਨਾਨੀ ਆ, ਮੈਂ ਠੋਕ ਕੇ ਕਹਿੰਦੀ ਆ ਮੈਂ ਮਰਦਾਂ ਵਰਗੀ ਜਨਾਨੀ, ਆਪਣੀ ਜ਼ਿੰਦਗੀ ਮਰਦਾਂ ਤੋਂ ਬੈਟਰ ਤੇ ਹਰ ਕੰਮ ਨੂੰ ਚੈਲੰਜ ਕਰਕੇ ਜਿੱਤੀ ਆ। ਮੈਂ ਜ਼ਿੰਦਗੀ ਚ ਉਹ ਦੁੱਖ ਤਕਲੀਫਾਂ ਉਹ ਸਮਾਂ ਫੇਸ ਕੀਤਾ ਜਿਹੜਾ ਭੈਣ ਯਾਰਾ ਤੂੰ ਨੀ ਕੀਤਾ ਹੋਣਾ, ਇਸ ਲਈ ਮੈਂ ਇੰਨੀ ਸਟਰੋਂਗ ਤੇ ਸੋਲਿਡ ਆ। ਤੇ ਮੇਰੇ ਵਰਗੇ ਨੂੰ ਬੰਦੇ ਨੂੰ ਸਿਰਫ ਰੱਬ ਤੋੜ ਸਕਦਾ, ਤੇਰੇ ਵਰਗਾ ਟੱਚ ਗਿਰਿਆ ਹੋਇਆ ਨੀਚ ਮਾਨਸ ਹਮਕੋ ਨਹੀਂ ਤੋੜ ਸਕਦਾ। ਤੂੰ ਇੱਕ ਵਾਰ ਤੂੰ ਮੇਰੇ ਦਰੋਂ ਕੇ ਸਾਹਮਣੇ ਤੋਂ ਐਡਰੈਸ ਐਡਰੈਸ ਬੋਲਤਾ, ਆ ਤੋ ਜਾ ਇੱਕ ਵਾਰ ਸਾਹਮਣੇ। ਅਗਰ ਨਿਕਲ ਵੀ ਗਿਆ ਨਾ ਤੋ ਹਮਕੋ ਵੀ GRAWL ਮਤ ਬੋਲਨਾ, ਵੈਸੇ ਵੀ ਤੁਮ ਤੋ ਬੋਲਤੇ ਹੀ ਨਹੀਂ ਹੋ। ਅਗਨੋਤਰੀ ਅਗਨੋਤਰੀ ਅਬ ਬੋਲ ਰਹਾ। ਅੱਛਾ ਪਹਿਲੇ ਬੰਦੇ ਨੇ ਮੈਨੂੰ ਸੁਨੀਤਾ ਅਗਨੋਤਰੀ ਬਣਾਇਆ, ਹੁਣ ਇਹ ਕਹਿੰਦਾ ਵੀ ਨਾਰੰਗਾਲ ਪਿੰਡ, ਉਹ ਸਾਰੇ ਕਹਿੰਦਾ ਗਰੇਵਾਲਾਂ ਦਾ ਪਿੰਡ ਆ। ਹੁਣ ਹੌਲੀ ਹੌਲੀ ਗਰੇਵਾਲਾਂ ਤੇ ਆ ਗਿਆ, ਹੌਲੀ ਹੌਲੀ ਘੁੰਮ ਕੇ ਆਣਾ ਪੈਣਾ ਆਣਾ ਪੈਣਾ, ਕਿਉਂਕਿ ਜੋ ਬੰਦਾ ਹੈ ਹੀ ਗਰੇਵਾਲ, ਜੋ ਕੁੜੀ ਹਾਈ ਜੈਟ ਫੈਮਿਲੀ ਚੋਂ ਬਿਲੋਂਗ ਕਰਦੀ ਹੈ, ਤੂੰ ਕਿਤੇ ਵੀ ਭੱਜ ਲੈ, ਕਦੇ ਪੇਪਰ ਵਰਕ ਦਿਖਾ ਦੇ ਪਿੱਛੋਂ ਇਹ ਸਾਬਤ ਹੋ ਜੇ ਕਿ ਮੈਂ ਬਾਹਮਣਾਂ ਦੀ ਕੁੜੀ ਆ ਜਾਂ ਮੈਂ ਹਿਮਾਚਲ ਨਹੀਂ ਆ। ਕਿਉਂ ਬਾਹਮਣ ਇਨਸਾਨ ਨਹੀਂ ਹੁੰਦੇ, ਪਹਾੜਾਂ ਚ ਰਹਿਣ ਵਾਲੇ ਠੰਡੀ ਸੋਹਣੀਆਂ ਹਸੀਨ ਵਾਦੀਆਂ ਚ ਰਹਿਣ ਵਾਲੇ ਹਿਮਾਚਲੀ ਇਨਸਾਨ ਨਹੀਂ ਹੁੰਦੇ। ਸਭ ਤੋਂ ਸੋਹਣਾ ਜਿਹੜਾ ਸਵਰਗ ਹੈ ਨਾ ਹਿਮਾਚਲ ਜੀ ਆ, ਹਿਮਾਚਲ ਦੇ ਲੋਕ ਸਵਰਗਾਂ ਚ ਜੰਮੇ ਪਲੇ ਆ, ਉਹ ਖਾਲਿਸਤਾਨੀਆਂ ਵਰਗੋਂ ਸਿੱਖਾਂ ਵਰਗੋਂ ਆਪਣਾ ਜਲੂਸ ਨਹੀਂ ਕੱਢ ਰਹੇ ਆ, ਯੂਨਿਟੀ ਆ ਲੋਕਾਂ ਦੇ ਵਿੱਚ। ਤੇਰੇ ਵਰਗਾ ਨਪੁੰਸਤਕ ਬੰਦਾ ਛੱਕਾ, ਮੈਨੂੰ ਤਾਂ ਇਹ ਵੀ ਪਤਾ ਲੱਗਿਆ, ਕਹਿੰਦੇ ਤੂੰ ਸਲਵਾਰ ਸੂਟ ਪਾ ਕੇ ਮੇਕਅਪ ਕਰਕੇ ਜਿਹਦੇ ਘਰੇ ਮੁੰਡਾ ਜਾਂਦਾ ਉਹਦੇ ਸਰੀ ਵਾਲੇ ਪਾਸੇ, ਕਹਿੰਦੇ ਤੂੰ ਉੱਥੇ ਵੀ ਚੱਲ ਜਾਂਦਾ ਤਾੜੀ ਮਾਰ ਕੇ ਛੱਕੇ ਵਰਗੂ ਨਾਲ, ਕਾਲਾ ਚਸ਼ਮਾ ਲਾ ਲੈਣੇ ਵੀ ਅੱਖਾਂ ਤੋਂ ਕੋਈ ਪਛਾਣੇ ਨਾ, ਤੇ ਉੱਥੇ ਕਹਿੰਦੇ ਛੱਕੇ ਵਰਗੂ ਅੱਡੀ ਅੱਡੀ ਮਾਰ ਕੇ ਨੱਚ ਕੇ ਪੈਸੇ ਲੈ ਕੇ ਆਉਂਦਾ। ਹੁਣ ਆਹ ਵੀ ਬਿਜ਼ਨਸ ਕਰਨ ਲੱਗ ਗਿਆ, ਇੰਨੇ ਮਾੜੇ ਦਿਨ ਆ ਗਏ ਇੰਡੀ ਪਿੰਡੀ ਤੇਰੇ, ਹੁਣ ਤੂੰ ਛੱਕੀ ਗਿਰੀ ਸ਼ੁਰੂ ਕਰਤੀ।
ਓ ਮਾਈ ਗੋਡ, ਓ ਮਾਈ ਗੋਡ, ਪਰ ਇੱਕ ਅਫਸੋਸ ਹੋਇਆ ਕਿ ਤੂੰ ਆਪਣੀ ਮਾਂ ਨੂੰ ਬਖਸ਼ ਦੇਣਾ ਸੀ, ਤੂੰ ਆਪਣੀ ਮਾਂ ਨਹੀਂ ਬਖਸ਼ੀ, ਤੈਨੂੰ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਬਖਸ਼ਣਾ ਚਾਹੀਦਾ ਸੀ। ਦੈਟਸ ਅ ਵੈਰੀ ਬੈਡ ਕਿ ਤੂੰ ਆਪਣਾ ਪਰਿਵਾਰ ਨੂੰ ਵੀ ਇੱਕ ਦਲਾਲੀ ਦੇ ਗੰਦੇ ਦਰਦ ਚ ਧੱਕਣ ਦੀ ਕੋਸ਼ਿਸ਼ ਕੀਤੀ। ਦੈਟਸ ਵੈਰੀ ਬੈਡ, ਤੇਰੇ ਵਰਗਾ ਨਿਕੰਮਾ ਬੰਦਾ, ਮੁਸ਼ਕਿਆ ਬੰਦਾ ਸਾਲਾ ਜ਼ਿੰਦਗੀ ਕਿਸੇ ਨੇ ਦੇਖਿਆ ਨਹੀਂ ਹੋਣਾ। ਕੈਸਾ ਵਾਹੀਅਤ ਬੰਦਾ, ਇੱਕ ਔਰਤ ਤੋਂ ਬੇਇੱਜ਼ਤੀ ਕਰਾ ਰਿਹਾ। ਸੁਭਾਨ ਅੱਲਾਹ, ਸੁਭਾਨ ਅੱਲਾਹ, ਉਲਾਲਾ ਉਲਾਲਾ, ਇੰਡੀ ਬਿੰਡੀ ਉਲਾਲਾ, ਤੇਰੇ ਪੜ ਗਈ ਹੋ ਅਬ ਮੈਂ ਮਗਰ, ਖਰਲੇ ਤੂੰ ਕਿਤਨੇ ਜ਼ਿਦਨ, ਪਿੱਛਾ ਨਾ ਛਾੜੇਂਗੇ ਹਮ, ਹਾਏ ਉਲਾਲਾ ਉਲਾਲਾ। ਹੁਣ ਤੂੰ ਉਲਾਲਾ ਉਲਾਲਾ ਕਰੇਗਾ, ਯਾਦ ਰੱਖੀ, ਤੇ ਲੱਭਿਆ ਨਹੀਂ ਲੱਭਿਆ ਜਿਹੜੇ ਬੇਸਮੈਂਟ ਚ ਰਹਿੰਦਾ ਨਾ, ਐਡਰੈਸ ਬਦਲਣ ਦੀ ਤਿਆਰੀ ਕਰ ਲਾ।